ਤਰਨ ਤਾਰਨ ਦੇ ਪਿੰਡ ਕੱਦਗਿੱਲ ਵਿੱਚ ਸਟੋਰ ਕਰਕੇ ਰੱਖੀ ਗਈ ਕਣਕ ਤੋਂ ਉੱਠ ਰਹੀ ਛਣਾਂ ਪਿੰਡ ਵਾਸੀਆਂ ਲਈ ਮੁਸੀਬਤ ਦਾ ਕਾਰਨ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਕੱਦਗਿੱਲ ਵਿੱਚ ਸਥਿਤ ਪੰਨ ਗ੍ਰੇਨ ਦੇ ਗਡਾਉਣ ਵਿੱਚ ਪਿਛਲੇ 8 ਸਾਲਾਂ ਤੋਂ ਕਣਕ ਸਟੋਰ ਕਰਕੇ ਰੱਖੀ ਹੋਈ ਸੀ, ਜਿਸ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ਼ ਹੈ। ਪਿੰਡ ਦੇ ਸਰਪੰਚ ਜਸਵੰਤ ਸਿੰਘ ਆਦੀ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਖਰਾਬ ਕਣਕ ਨੂੰ ਚੁਕਵਾਉਣ ਲਈ ਮਾਨਯੋਗ ਸਿਵਲ ਕੋਰਟ ਦੀ ਸ਼ਰਨ ਲਈ ਸੀ ਅਤੇ ਕੋਰਟ ਨੇ 1 ਮਹੀਨੇ ਵਿੱਚ ਖਰਾਬ ਕਣਕ ਨੂੰ ਚੁੱਕਣ ਦੇ ਆਦੇਸ਼ ਜਾਰੀ ਕੀਤੇ ਸਨ, ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰਟ ਦੇ ਆਦੇਸ਼ਾਂ ਨੂੰ ਵੀ ਦਰਕਿਨਾਰ ਕਰ ਇਸ ਪਿੰਡ ਲਈ ਇਹ ਕਣਕ ਇਸ ਕਦਰ ਮੁਸੀਬਤ ਦਾ ਕਾਰਨ ਬਣੀ ਹੋਈ ਹੈ ਕਿ ਪਿੰਡ ਦੇ ਨੌਜਵਾਨਾਂ ਨੂੰ ਕੋਈ ਰਿਸ਼ਤਾ ਕਰਨ ਨੂੰ ਵੀ ਤਿਆਰ ਨਹੀਂ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਕੋਰਟ ਦੇ ਆਦੇਸ਼ਾਂ ਨੂੰ ਦੀ ਤਮੀਲ ਕਰਵਾਈ ਜਾਏ, ਲੋਕਾਂ ਨੂੰ ਬਦਬੂ ਤੋਂ ਛੁਟਕਾਰਾ ਦਵਾਇਆ ਜਾਏ। ਇਸ ਸੰਬੰਧੀ ਤਰਨ ਤਾਰਨ ਦੇ ADC ਸੰਦੀਪ ਰਿਸ਼ੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ, ਜਲਦ ਤੋਂ ਜਲਦ ਕਾਰਵਾਈ ਕਰਕੇ ਇਸ ਕਣਕ ਨੂੰ ਚੁਕਵਾ ਦਿੱਤਾ ਜਾਵੇਗਾ। ਮਨ ਸਿੰਘ ਸਰਪੰਚ ਕੱਦਗਿੱਲ, ਪੰਜਾਬ ਸਰਕਾਰ ਨੂੰ ਬੜੀ ਤਰ੍ਹਾਂ ਬੇਨਤੀ ਕਰ ਚੁੱਕਾ ਕਿ ਸਾਡੇ ਪਿੰਡ ਜਿਹੜੇ ਪੰਨ ਗ੍ਰੇਨ ਦੇ ਗੋਦਾਮ ਆ ਉੱਥੇ ਇੰਨੀ ਬਦਬੋ, ਇੰਨਾ ਜ਼ਿਆਦਾ ਗੰਦ, ਪਿੰਡ ਕੋ ਸਹਾਰਿਆ ਨਹੀਂ ਜਾਂਦਾ, ਲਾਗੇ ਬਹਿਕਾਂ ਇੰਨੇ ਤੰਗ ਹਾਂ ਅਸੀਂ ਵੀ ਸਾਡੇ ਇੱਥੇ ਕੋਈ ਰਿਸ਼ਤਾ ਕਰਨ ਨੂੰ ਤਿਆਰ ਨਹੀਂ। ਸਾਡੇ ਬੱਚੇ ਬਿਮਾਰ ਹੋਏ, ਕਈ ਵਾਰਾਂ ਹਸਪਤਾਲ ਜਾਈਦਾ, ਫਿਰ ਉੱਥੇ ਆ ਕੇ ਇਹਨਾਂ ਗਾੜੀ ਅਫਸਰਾਂ ਗਾੜੀ ਆ ਕੇ ਰੋਈਦਾ ਵੀ ਤੁਸੀਂ ਸਾਡਾ ਕੋਈ ਨਾ ਕੋਈ ਸੁਣਵਾਈ ਕਰੋ। ਪਿਛਲੇ ਸਾਲ ਅਸੀਂ ਇਹਨਾਂ ਨੂੰ ਇੱਥੇ ਪੂਰਾ ਧਰਨਾ ਲਾ ਕੇ, ਸੰਘਰਸ਼ ਕਮੇਟੀ ਸੀ, ਸਾਰਾ ਪਿੰਡ ਸੀਗਾ, ਅਸੀਂ 6 ਘੰਟੇ ਜਿਹੜਾ ਸੜਕ ਜਾਮ ਕੀਤੀ। ਫਿਰ ਇੱਥੇ ਅਫਸਰ ਡਿਪਟੀ ਸਾਹਿਬ ਆਏ, ਨੁਮਾਇੰਦੇ ਆਪਣੇ SDM ਸਾਹਿਬ ਦੇ ਆਏ, ਫਿਰ SHO ਆਇਆ। ਉਹਨਾਂ ਨੇ ਸਾਨੂੰ ਲਿਖਤੀ ਲਿਖ ਕੇ ਦਿੱਤਾ ਸੀਗਾ ਵੀ ਅਸੀਂ 1 ਮਹੀਨੇ ਦੇ ਵਿੱਚ ਖਾਲੀ ਕਰਾਂਗੇ। ਫਿਰ ਅਸੀਂ ਹਾਈਕੋਰਟ ਵੀ ਗਏ, ਹਾਈਕੋਰਟ ਨੇ ਇਹਨਾਂ ਨੂੰ 1 ਮਹੀਨੇ ਦੀ ਡਾਇਰੈਕਸ਼ਨ ਦਿੱਤੀ, 1 ਮਹੀਨੇ ਦੇ ਵਿੱਚ ਤੁਸੀਂ ਇਹ ਜਿਹੜੇ ਗੋਦਾਮ ਆ ਇੱਥੋਂ ਜੋ ਗੰਦ ਆ, ਗੰਦਾ ਅਨਾਜ ਆ ਚੁੱਕੋ, ਪਰ ਇਹਨਾਂ ਕੋਈ ਨਹੀਂ ਚੁੱਕਿਆ, ਸਾਡੀ ਕੋਈ ਸੁਣਵਾਈ ਨਹੀਂ। 1 ਸਾਲ ਹੋ ਗਿਆ ਸਾਡੇ ਨਾਲ ਇਹ ਵਾਅਦਾ ਕਰਕੇ ਗਿਆ ਸੀ, ਇਹਨਾਂ ਕੋਈ ਵੀ ਇੱਥੋਂ ਬੋਰੀ ਨਹੀਂ ਚੁੱਕੀ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੱਥੇ ਰੀਪੈਕਿੰਗ ਹੁੰਦੀ ਆ, ਉੱਥੇ ਲੇਬਰ ਲੱਗਦੀ ਆ, ਉੱਥੇ ਬਾਰਦਨਾ ਲੱਗਦਾ, ਉਹ ਫਿਰ ਗਲ ਜਾਂਦਾ। ਇਹ ਮੌਕੇ 'ਤੇ ਆ ਵੇਖਿਆ ਜਾਵੇ ਸਾਹਮਣੇ, ਫਿਰ ਆ ਰੀਪੈਕਿੰਗ ਜੀਵਰਾਂ ਹੋਈ ਆ ਅਤੇ ਕਣਕ ਫਿਰ ਉੱਥੇ ਪਈ ਆ। ਇਹ ਕਿਉਂ ਨਹੀਂ ਚੁੱਕਦੇ, ਕਿਉਂ ਲੋਕਾਂ ਨੂੰ ਮਾਰਨ ਰਹੇ ਨੇ? ਸਾਡੇ ਤਾਂ ਇੱਥੋਂ ਤੀਕਰ ਵੀ ਨਾ ਤਾਂ ਕੋਈ ਰਿਸ਼ਤੇਦਾਰ ਰਾਤ ਆ ਕੇ ਰੋਟੀ ਖਾ ਸਕਦਾ, ਨਾ ਕੋਈ ਰਾਤ ਸਾਈਂ 6 ਵਜੇ ਤੋਂ ਬਾਅਦ ਕੋਈ ਬੰਦਾ ਇੱਥੇ ਰੋਟੀ ਵੀ ਨਹੀਂ ਖਾ ਸਕਦਾ। ਲਾਗੇ ਲਾਗੇ ਜਿੰਨਾ ਸਾਰਾ ਪਿੰਡ ਇਹਨਾਂ ਜ਼ਿਆਦਾ ਤੰਗ ਆ। ਹੱਥ ਜੋੜ ਕੇ ਬੇਨਤੀ ਸਾਡੀ ਸਰਕਾਰ ਗਾੜੀ ਵੀ ਇਹਨਾਂ ਨੂੰ ਜਿਹੜੀ ਕਣਕ ਇੱਥੇ ਲਿਫਟਿੰਗ ਕੀਤੀ ਜਾਵੇ ਅਤੇ ਪਿੰਡ ਨੂੰ ਬਿਮਾਰੀਆਂ ਤੋਂ ਬਚਾਇਆ ਜਾਵੇ। ਮੇਰਾ ਨਾਮ ਲਖਵਿੰਦਰ ਸਿੰਘ ਕੱਦਗਿੱਲ, ਪਿੰਡ ਦੇ ਰਹਿਣ ਵਾਲਾ। ਮੇਰੇ ਸਾਰੇ ਇਕਦਾਮਾਂ ਲੱਗ ਗਏ ਆ, ਇਹ ਕਣਕ ਲੱਗੇ ਨੂੰ 8-9 ਸਾਲ ਹੋ ਗਏ ਆ। ਇਹ ਕਣਕ ਨੂੰ ਕੋਈ ਵੀ ਕਾਰਵਾਈ ਆਪਣੀ ਸਰਪੰਚ ਸਾਹਿਬ ਕਰਦੇ ਆ, ਉਹ ਸਾਡੇ ਵੱਲੋਂ ਸਾਰਾ ਕੰਮ ਕਲੀਅਰ ਕਰ ਦਿੰਦੇ ਆ। ਉਹ ਕਹਿੰਦੇ ਜੇ ਅਸੀਂ ਉਹਨਾਂ ਨੂੰ ਕਹੀਏ ਕਿ ਆਪਾਂ DC ਨੂੰ ਮਿਲਣਾ, ਉਹ ਕਹਿੰਦੇ ਚਲੋ ਪੁੱਤ DC ਨੂੰ ਮਿਲਣਾ। ਸਰਪੰਚ ਸਾਹਿਬ ਸਾਡੇ ਪੂਰਾ ਸਾਥ ਦਿੰਦੇ ਆ ਇਸ ਕੰਮ ਵਾਸਤੇ, ਕਿਉਂਕਿ ਇਹ ਜੋ ਜਿੰਨੀ ਗੰਦਗੀ ਹੈ ਨਾ, ਜੋ ਇਹ ਸਾਡੇ ਬੱਚਿਆਂ 'ਤੇ ਬਹੁਤ ਹੀ ਹਾਨੀਕਾਰਕ ਵਾ। ਥੋੜ੍ਹੇ ਦਿਨ ਹੋ ਗਏ, ਅਜੇ 2 ਦਿਨ ਦੀ ਗੱਲ ਵਾ, ਸਾਰੀ ਯਾਰੀ ਵੀ ਨਹੀਂ ਆ ਕਿ ਬੱਚੇ ਨੂੰ ਸੱਪ ਲੜ ਚੜਿਆ ਸੀ। ਉਹ ਸ਼ੁਕਰ ਕਰੋ ਕਿ ਬਾਬੇ ਨਾਨਕ ਦੀ ਕਿਰਪਾ ਵਾ ਕਿ ਇਹਦਾ ਮਾੜਾ ਨਹੀਂ ਅਸੀਂ ਕੀਤਾ, ਨਾ ਮਾੜਾ ਕਿਸੇ ਦਾ ਤੱਕਦੇ ਹਾਂ, ਅਤੇ ਬਾਬੇ ਨਾਨਕ ਬਚਾ ਗਿਆ ਵਾ। ਅਤੇ ਸਰਪੰਚ ਸਾਹਿਬ ਨੇ ਜੋ ਮਤਲਬ ਕਿ ਜਦੋਂ ਅਸੀਂ ਰੋਟੀ ਪਾਣੀ ਜਾਂ ਜਦੋਂ ਚੌਲ ਆਪਣਾ ਕੋਈ ਚੌਲਾਂ ਵਿੱਚ ਵੀ ਸੁਧਰੀ ਆ, ਆਟੇ ਵਿੱਚ ਵੀ ਆ, ਮਤਲਬ ਕਿ ਬਹੁਤ ਜ਼ਿਆਦਾ ਹੀ ਮੰਦਾ ਹਾਲ ਵਾ। ਮੇਰੀ ਸਰਕਾਰ ਨੂੰ ਬੇਨਤੀ ਆ ਕਿ ਇਹ ਗੱਲਾਂ ਨਾਲ ਗੌਰ ਕਰੇ। ਇਸ ਕੱਦਗਿੱਲ ਗ੍ਰਾਮ ਮੇਂ ਜੋ ਗੋਡਾਊਨ ਹੈ ਫੂਡ ਸਪਲਾਈ ਡਿਪਾਰਟਮੈਂਟ ਕਾ, ਵਹਾਂ ਪੇ ਜੋ ਗਲੀ ਹੋਈ ਸੜਕ ਕਣਕ ਹੈ, ਪੁਰਾਣੀ ਗੇਹੂੰ ਪੜੀ ਹੋਈ ਹੈ, ਉਸਕਾ ਜੋ ਮਾਮਲਾ ਹੈ ਵੋ ਹਮਾਰੇ ਧਿਆਨ ਮੇਂ ਹੈ। ਇਸਮੇ ਇਸ ਕੇਸ ਮੇਂ ਪਹਿਲੇ ਜੋ ਹੈ ਲੋਕਲ ਸਿਵਲ ਕੋਰਟ ਸੇ ਵੀ ਆਰਡਰ ਹੋਏ ਥੇ ਕਿ ਇਸਕੋ ਯਹਾਂ ਸੇ ਹਟਾਇਆ ਜਾਏ, ਔਰ ਫਿਰ ਗੌਰਮੈਂਟ ਸੇ ਪਰਮਿਸ਼ਨ ਲੈ ਕੇ ਇਸਕਾ ਜੋ ਟੈਂਡਰਿੰਗ ਵਗੈਰਾ ਕਰਕੇ ਇਸਕੀ ਲਿਫਟਿੰਗ ਸ਼ੁਰੂ ਹੋਈ ਥੀ, ਪਰ ਉਹ ਬੀਚ ਮੇਂ ਜਬ ਪ੍ਰੋਕਿਉਰਮੈਂਟ ਸੀਜ਼ਨ ਥਾ ਉਸ ਟਾਈਮ ਪੇ ਵੋ ਲਿਫਟਿੰਗ ਬੰਦ ਹੋ ਗਈ ਥੀ, ਕਿਉਂਕਿ ਜੋ ਹਮਾਰੀ FCI ਕੇ ਇੰਸਟ੍ਰਕਸ਼ਨਸ ਹੈ ਕਿ ਡਿਊਰਿੰਗ ਦਾ ਮੂਵਮੈਂਟ ਆਫ ਫੂਡ ਗ੍ਰੇਨ, ਜਬ ਫੂਡ ਗ੍ਰੇਨ ਬਾਕੀ ਨੋਰਮਲ ਫੂਡ ਗ੍ਰੇਨ ਮੂਵ ਕਰਤਾ ਹੈ, ਉਸ ਟਾਈਮ ਪੇ ਕੋਈ ਵੀ ਏਜੰਸੀ ਜੋ ਹੈ ਉਹ ਗਲਾ ਹੁਆ ਜਾਂ ਸੜਾ ਹੁਆ ਗੇਹੂੰ ਉਸ ਟਾਈਮ ਪੇ ਮੂਵ ਨਹੀਂ ਕਰ ਸਕਦਾ, ਕਿਉਂਕਿ ਉਸ ਟਾਈਮ ਇਹ ਖਤਰਾ ਹੁੰਦਾ ਹੈ ਕਿ ਕਹੀਂ ਸੇ ਜੋ ਅਸਲੀ ਮਾਲ ਹੈ, ਠੀਕ ਵਾਲਾ ਮਾਲ ਹੈ, ਉਹ ਚੋਰੀ ਹੋ ਕੇ ਉਸਦੀ ਜਗ੍ਹਾ ਪੇ ਰਿਪਲੇਸ ਹੋ ਜਾਏ, ਤਾਂ ਉਸਕੋ ਅਵੋਇਡ ਕਰਨੇ ਕੇ ਲਈ FCI ਕੀ ਸਟੈਂਡਿੰਗ ਇੰਸਟ੍ਰਕਸ਼ਨ ਹੈ ਕਿ ਡਿਊਰਿੰਗ ਪ੍ਰੋਕਿਉਰਮੈਂਟ ਸੀਜ਼ਨ ਕਹੀਂ ਸੇ ਵੀ ਗਲੀ ਵੀ ਸੜੀ ਹੋਈ ਕਣਕ ਜੋ ਹੈ ਉਹ ਰਿਮੂਵ ਨਹੀਂ ਕਰਨੀ। ਇਸਕੀ ਵਜ੍ਹਾ ਸੇ ਉਹ ਡਿਊਰਿੰਗ ਪ੍ਰੋਕਿਉਰਮੈਂਟ ਜੋ ਹਮਾਰੀ ਪ੍ਰੋਕਿਉਰਮੈਂਟ ਜੋ ਅਭੀ 30 ਜੂਨ ਤੱਕ ਪਰਚੇਸ ਆਪਣਾ 15 ਜੂਨ ਤੱਕ ਪਰਚੇਸ ਚੱਲ ਰਹੀ ਹੈ, ਅਭੀ ਪਰਚੇਸ ਆਲਮੋਸਟ ਹੋ ਚੁੱਕੀ ਹੋਈ, ਖਤਮ ਹੋ ਚੁੱਕੀ ਹੈ, 99.99% ਖਤਮ ਹੋ ਚੁੱਕੀ ਹੈ। ਤੋ 30 ਮਈ ਕੇ ਬਾਅਦ ਫਿਰ ਉਹ ਖਤਮ ਹੋ ਗਿਆ ਪ੍ਰੋਕਿਉਰਮੈਂਟ ਸੀਜ਼ਨ। ਉਸਕੇ ਬਾਅਦ ਮੈਨੇ DFSC ਸੇ ਬਾਤ ਕੀ ਹੈ,
तो वहाँ के जो रिलीज ऑर्डर हैं डेली लिफ्टिंग के लिए रिलीज ऑर्डर, वो कटने शुरू हो गए हैं। तो ये ज़रूर हो सकता है कि एक दो दिन कटने के बाद उठाया ना गया, क्योंकि ट्रांसपोर्ट का भी चक्कर होता है। तो हम ये इंश्योर करेंगे कि डेली उसकी लिफ्टिंग हो, और DFSC से रोजाना उसकी रिपोर्ट भी मांगी जाएगी कि आज कितनी लिफ्टिंग हुई है। उसका पूरा ध्यान किया जाएगा कि इसको मतलब विद इन दिस मंथ उसको सारा गोडाउन जो है खाली कर देगा। जी कोई टाइम पीरियड होगा कब तक नहीं कर देंगे? मैंने बोल दिया विद इन दिस मंथ इसको फिनिश करेंगे प्रायोरिटी को। उसके बाद भी वहाँ पर अनाज ही लगाया जाएगा या उनकी बात कोई और वहाँ पर? जहाँ पे वो तो देखो साइंटिफिक तरीके से हर एजेंसी देखेगी, जिस एजेंसी ने जो चीज़ लगानी है वहाँ पे, इनकेस वहाँ पे फ्रेश लगने के लिए जगह हुई, क्योंकि इस टाइम पे जो प्रेजेंट प्रोक्योरमेंट सीजन में जो हमने स्टोरेज की है इसमें वहाँ पे अलाउड नहीं था। जहाँ पे भी गंदी से जो गेहूँ पड़ी होगी या गंदा चावल पड़े होंगे तो वहाँ पे लगाने की परमिशन नहीं थी, इसलिए वहाँ पे इस सीजन में कुछ नहीं लगा।